खून पीण वालियां सरकारां ते आपां बहुत वारी सुनिया ने वेखिया ने पर खून वेचण वाली सरकार असीं पहली वार वेख रहे हां। इस तों वड्डा अणमनुखी और अनफॉर्चुनेट फैसला कदे किसी सरकार तों पूरी दुनिया दे विच नहीं सुनिया होएगा। कैप्टन साहब दी एक कांग्रेस सरकार जिथे पहला लोकां दा खून चूस रही है, लोकां दा खून पी रही है और हुण एक तुगलकी फरमान जिहड़ा है उह कैप्टन साहब दी सरकार ने जिहड़ा जारी कीता है। पंजाब सरकार उजत उहदे विच्चों भी कमाई लभदी है, बहुत ही घटिया सोचदा है फरमान है। एक पासे जिथे तुसीं पंजाब सरकार फ्री दे विच प्लाज्मा दी डोनेशन लै रही है लोकां तों ते उत्थे उहनूं 20,000 रुपए दे विच वेचणा, मैं समझदा कि खून दी दलाली दे विचों पैसे कमाउण वाला काम है जिहड़ा उह कैप्टन अमरिंदर सिंह दी सरकार करन जा रही है। ये गूंगी बोली सरकार, ये जिहड़ी अन्नी सरकार है, इहनूं पता लग सके कि जिहड़े लोक है उह जाग रहे ने, ਤੁਸੀਂ ਪਹਿਲਾਂ ਖੂਨ ਪੀ ਰਹੇ ਹੋ ਤੇ ਹੁਣ ਖੂਨ ਵੇਚ ਰਹੇ ਹੋ। ਕਿਸ ਤਰੀਕੇ ਨਾਲ ਡੋਨਰ ਨੂੰ ਇਨਕਰੀਜ਼ ਕੀਤਾ ਜਾਵੇ, ਕਿਸ ਤਰੀਕੇ ਨਾਲ ਜੋ ਪੀੜਤ ਹੈਗਾ, ਜੋ ਮਰੀਜ਼ ਹੈ, ਉਹਨੂੰ ਵੱਧ ਤੋਂ ਵੱਧ ਰਾਹਤ ਦਿੱਤੀ ਜਾਏ। ਪਰ ਪੰਜਾਬ ਸਰਕਾਰ ਇਸ ਵੱਡੀ ਆਪਦਾ ਜਿਹਦੇ ਤੋਂ ਪੂਰੀ ਦੁਨੀਆ ਪ੍ਰਭਾਵਿਤ ਹੈ, ਉਹਦੇ ਵਿੱਚੋਂ ਵੀ ਕਮਾਈ ਲੱਭ ਰਹੀ ਹੈ। ਇੱਕ ਪਾਸੇ ਤੁਸੀਂ ਰਿਲੀਫ ਫੰਡ ਲੈ ਕੇ ਉਹਨੂੰ ਪ੍ਰਾਈਵੇਟ ਬੈਂਕਾਂ ਦੇ ਖਾਤੇ 'ਚ ਰੱਖ ਰਹੇ ਹੋ ਅਤੇ ਦੂਜੀ ਪਾਸੇ ਜਿਨ੍ਹਾਂ ਨੂੰ ਰਿਲੀਫ ਦੇਣਾ ਚਾਹੀਦਾ ਮਰੀਜ਼ਾਂ ਨੂੰ, ਉਹਨਾਂ ਤੋਂ 20,000 ਰੁਪਇਆ ਚਾਰਜ ਕਰਨ ਜਾ ਰਹੇ ਹੋ। ਪੰਜਾਬ ਦੀ ਕੈਪਟਨ ਸਰਕਾਰ ਹੁਣ ਇੱਕ ਨਵੇਂ ਵਿਵਾਦ ਦੇ ਵਿੱਚ ਫਸਦੀ ਹੋਈ ਦਿਖਾਈ ਦੇ ਰਹੀ ਹੈ। ਬੀਤੇ ਦਿਨੀ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਕੋਰੋਨਾ ਮਰੀਜ਼ਾਂ ਨੂੰ 20,000 ਦੇ ਵਿੱਚ ਪਲਾਜ਼ਮਾ ਦਿੱਤਾ ਜਾਵੇਗਾ, ਪਰ ਦੂਜੇ ਪਾਸੇ ਸਰਕਾਰ ਠੀਕ ਹੋਏ ਕੋਰੋਨਾ ਮਰੀਜ਼ਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਅਪੀਲ ਕਰ ਰਹੀ ਹੈ। ਹੁਣ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਨੂੰ ਘੇਰਿਆ। ਪਾਰਟੀ ਦੇ ਇੰਚਾਰਜ ਅਨਿਲ ਸਿੰਘ ਨੇ ਕੈਪਟਨ ਸਰਕਾਰ ਨੂੰ ਖੂਨ ਪੀਣ ਵਾਲੀ ਸਰਕਾਰ ਦੱਸਿਆ ਤੇ ਨਾਲ ਹੀ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਫ੍ਰੀ ਦੇ ਪਲਾਜ਼ਮਾ ਤੋਂ ਸਰਕਾਰ ਲੋਕਾਂ ਤੋਂ ਕਮਾਈ ਕਰ ਰਹੀ ਹੈ, ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਖੂਨ ਚੂਸਦੀਆਂ ਸਰਕਾਰਾਂ, ਖੂਨ ਪੀਣ ਵਾਲੀਆਂ ਸਰਕਾਰਾਂ ਤੇ ਆਪਾਂ ਬਹੁਤ ਵਾਰੀ ਸੁਣੀਆਂ ਨੇ, ਵੇਖੀਆਂ ਨੇ, ਪਰ ਖੂਨ ਵੇਚਣ ਵਾਲੀ ਸਰਕਾਰ ਅਸੀਂ ਪਹਿਲੀ ਵਾਰ ਵੇਖ ਰਹੇ ਹਾਂ। 2 ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਜੋ ਐਲਾਨ ਕੀਤਾ ਗਿਆ ਕਿ ਜੋ ਪਲਾਜ਼ਮਾ ਡੋਨੇਟ ਕਰਦੇ ਨੇ ਉਹਨਾਂ ਦੇ ਉਸ ਪਲਾਜ਼ਮਾ ਨੂੰ ਪੰਜਾਬ ਸਰਕਾਰ 20,000 ਰੁਪਏ ਦਾ ਵੇਚੇਗੀ, ਮੈਂ ਸਮਝਦਾ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਕਿਸੇ ਦੀ ਭਾਵਨਾ, ਜੋ ਡੋਨਰ ਬੜੀ ਅੱਛੀ ਭਾਵਨਾ ਨਾਲ ਆਪਣਾ ਪਲਾਜ਼ਮਾ ਖੂਨ ਡੋਨੇਟ ਕਰਕੇ ਆਉਂਦਾ, ਕਿ ਇਹਦੇ ਨਾਲ ਕਿਸੇ ਦੀ ਜਾਨ ਬਚੇਗੀ। ਪੰਜਾਬ ਸਰਕਾਰ ਉਜਿਤ ਉਹਦੇ ਵਿੱਚੋਂ ਵੀ ਕਮਾਈ ਲੱਭਦੀ ਹੈ, ਬਹੁਤ ਹੀ ਘਟੀਆ ਸੋਚਦਾ ਇਹ ਪ੍ਰਮਾਣ ਹੈ। ਪੰਜਾਬ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਇਸ ਮਹਾਮਾਰੀ ਦੇ ਮਾਹੌਲ ਵਿੱਚ ਜਦੋਂ ਸਰਕਾਰਾਂ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕਿਸ ਤਰੀਕੇ ਨਾਲ ਡੋਨਰ ਨੂੰ ਇਨਕਰੀਜ਼ ਕੀਤਾ ਜਾਵੇ, ਕਿਸ ਤਰੀਕੇ ਨਾਲ ਜੋ ਪੀੜਤ ਹੈਗਾ, ਜੋ ਮਰੀਜ਼ ਹੈ, ਉਹਨੂੰ ਵੱਧ ਤੋਂ ਵੱਧ ਰਾਹਤ ਦਿੱਤੀ ਜਾਏ। ਪਰ ਪੰਜਾਬ ਸਰਕਾਰ ਇਸ ਵੱਡੀ ਆਪਦਾ ਜਿਹਦੇ ਤੋਂ ਪੂਰੀ ਦੁਨੀਆ ਪ੍ਰਭਾਵਿਤ ਹੈ, ਉਹਦੇ ਵਿੱਚੋਂ ਵੀ ਕਮਾਈ ਲੱਭ ਰਹੀ ਹੈ, ਬਹੁਤ ਸ਼ਰਮਨਾਕ ਹੈ। ਇਸ ਫੈਸਲੇ ਨੂੰ ਕੈਪਟਨ ਸਾਹਿਬ ਨੂੰ ਤੁਰੰਤ ਵਾਪਸੀ ਲੈਣਾ ਚਾਹੀਦਾ, ਇਮੀਡੀਏਟਲੀ ਵਾਪਸ ਲੈਣਾ ਚਾਹੀਦਾ। ਦੇਖੋ, ਕੱਲ੍ਹ ਜੋ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕੋਰੋਨਾ ਦਾ ਇਲਾਜ ਕਰਾਉਣ ਵਾਲੇ ਪੇਸ਼ੈਂਟਸ ਨੂੰ ਜ਼ਰੂਰਤ ਪੈਣ ਉੱਪਰ ਪੰਜਾਬ ਸਰਕਾਰ ਵੱਲੋਂ ਪਲਾਜ਼ਮਾ ਜਿਹੜਾ ਉਹ 20,000 ਰੁਪਏ ਦੇ ਵਿੱਚ ਵੇਚਿਆ ਜਾਏਗਾ, ਮੈਂ ਸਮਝਦਾ ਕਿ ਇਸ ਤੋਂ ਵੱਡਾ ਅਣਮਨੁੱਖੀ ਔਰ ਅਨਫੋਰਚੁਨੇਟ ਫੈਸਲਾ ਕਦੇ ਕਿਸੇ ਸਰਕਾਰ ਤੋਂ ਪੂਰੀ ਦੁਨੀਆ ਦੇ ਵਿੱਚ ਨਹੀਂ ਸੁਣਿਆ ਹੋਏਗਾ। ਇੱਕ ਪਾਸੇ ਜਿੱਥੇ ਤੁਸੀਂ ਪੰਜਾਬ ਸਰਕਾਰ ਫ੍ਰੀ ਦੇ ਵਿੱਚ ਪਲਾਜ਼ਮਾ ਦੀ ਡੋਨੇਸ਼ਨ ਲੈ ਰਹੀ ਹੈ ਲੋਕਾਂ ਤੋਂ ਅਤੇ ਉੱਥੇ ਉਹਨੂੰ 20,000 ਰੁਪਏ ਦੇ ਵਿੱਚ ਵੇਚਣਾ, ਮੈਂ ਸਮਝਦਾ ਕਿ ਖੂਨ ਦੀ ਦਲਾਲੀ ਦੇ ਵਿੱਚੋਂ ਪੈਸੇ ਕਮਾਉਣ ਵਾਲਾ ਕੰਮ ਹੈ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਰਨ ਜਾ ਰਹੀ ਹੈ। ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਜੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਹੈਗੀ ਕਿ ਕਿਸ ਤਰੀਕੇ ਨਾਲ ਇਸ ਔਖ ਦੇ ਸਮੇਂ, ਇਸ ਮਹਾਂਮਾਰੀ ਦੇ ਸਮੇਂ ਆਪਦੇ ਲੋਕਾਂ ਦੀ ਆਰਥਿਕ ਪੱਖੋਂ ਔਰ ਹੈਲਥ ਕੇਅਰ ਸਿਸਟਮ ਦੇ ਪੱਖੋਂ ਬਾਂਹ ਫੜਨੀ ਹੈ ਅਤੇ ਉਹ ਜਾ ਕੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਤੋਂ ਸਿੱਖ ਸਕਦੇ ਨੇ ਕਿ ਕਿਵੇਂ ਏਡੇ ਵੱਡੇ ਪੱਧਰ ਦੀ ਮਹਾਂਮਾਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਹਰ ਪੱਖੋਂ ਆਪਦੇ ਲੋਕਾਂ ਦੀ, ਦਿੱਲੀ ਵਾਸੀਆਂ ਦੀ ਬਾਂਹ ਫੜੀ ਹੈ। ਅੱਜ ਤੱਕ 70 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਖੂਨ ਚੂਸਣ ਵਾਲੀਆਂ ਸਰਕਾਰਾਂ ਤਾਂ ਬਹੁਤ ਦੇਖੀਆਂ ਨੇ, ਪਰ ਖੂਨ ਵੇਚਣ ਵਾਲੀਆਂ ਸਰਕਾਰਾਂ ਨੇ ਜਿਹੜੀ ਪਹਿਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅੱਜ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਸੋ ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇੱਕ ਪਾਸੇ ਜਿੱਥੇ ਤੁਹਾਡੀ ਇੱਕ ਕਾਲ ਦੇ ਉੱਪਰ CM ਰਿਲੀਫ ਫੰਡ ਦੇ ਵਿੱਚ ਪੰਜਾਬ ਦੀ ਦਾਨੀ ਜਨਤਾ ਨੇ 67 ਕਰੋੜ ਰੁਪਏ ਡੋਨੇਟ ਕਰ ਦਿੱਤੇ ਸੀਗੇ ਅਤੇ ਉਹਦੇ ਵਿੱਚੋਂ 4 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਮਹਿਜ 2.25 ਕਰੋੜ ਖਰਚਿਆ ਜਾਂਦਾ ਹੈ ਅਤੇ 64 ਕਰੋੜ ਅੱਜ ਵੀ ਰਿਜ਼ਰਵ ਇੱਕ ਪ੍ਰਾਈਵੇਟ ਬੈਂਕ ਦੇ ਖਾਤੇ ਦੇ ਵਿੱਚ ਇਸ ਕਰਕੇ ਰੱਖ ਛੱਡਿਆ ਤੁਸੀਂ ਕਿ ਅੱਜ ਉਹਦੀ ਤੁਹਾਨੂੰ ਪੰਜਾਬ ਸਰਕਾਰ ਨੂੰ ਲੋੜ ਨਹੀਂ ਹੈਗੀ। ਇੱਕ ਪਾਸੇ ਤੁਸੀਂ ਰਿਲੀਫ ਫੰਡ ਲੈ ਕੇ ਉਹਨੂੰ ਪ੍ਰਾਈਵੇਟ ਬੈਂਕਾਂ ਦੇ ਖਾਤੇ 'ਚ ਰੱਖ ਰਹੇ ਹੋ ਅਤੇ ਦੂਜੀ ਪਾਸੇ ਜਿਨ੍ਹਾਂ ਨੂੰ ਰਿਲੀਫ ਦੇਣਾ ਚਾਹੀਦਾ ਮਰੀਜ਼ਾਂ ਨੂੰ ਉਹਨਾਂ ਤੋਂ 20,000 ਰੁਪਇਆ ਚਾਰਜ ਕਰਨ ਜਾ ਰਹੇ ਹੋ ਪਲਾਜ਼ਮਾ ਦਾ। ਸੋ ਮੈਂ ਸਮਝਦਾ ਕਿ ਕੈਪਟਨ ਸਾਹਿਬ ਨੂੰ ਆਪਦੀ ਜਿਹੜੀ ਦਿਸ਼ਾ ਔਰ ਦਸ਼ਾ ਉਹਦੇ ਵਾਸਤੇ ਕਲੈਰਿਟੀ ਹੋਣੀ ਚਾਹੀਦੀ ਹੈ ਅਤੇ ਇਹ ਜਿਹੜਾ ਅਣਮਨੁੱਖੀ ਫੈਸਲਾ
कैप्टन साहब की सरकार ने लिया इन इमीजिएटली वापस लैन रोल बैक कर नहीं आने वाले दिनों के आम आदमी पार्टी के उपर बहुत वड्डे पद्धर के उपर संघर्ष छिड़ेगी जो तक कैप्टन सरकार ये फैसला वापस नहीं लेगी उद तक साड़ा संघर्ष है जो जारी है। इस नाल ही विधायक जगकिशन सिंह रोड़ी ने भी कैप्टन सरकार नूं निशाने ते लिया। रोड़ी ने कहा कि कैप्टन अमरिंदर सिंह की पहली सरकार है जो लोगों का खून बेच रही है। कोरोना वर्गी भयानक महामारी तो पूरा पंजाब जिहड़ा इस समय ग्रस्त है और लोगों को उम्मीद सी कि पंजाब सरकार उन्हां दी बांह फड़ेगी कि पंजाब सरकार उन्हां दे बिजली दे बिल माफ़ करेगी, पंजाब सरकार उन्हां दे बच्चों दे स्कूलों दी जिहड़ी फीसां है वह माफ़ करेगी, पंजाब सरकार इन्हां दिनां दे विच उन्हां दीआं सेहत सेवावां नूं लैके चिंतित होवेगी और आम लोगों की जिहड़ी है वह सरकार बांह फड़ेगी और सरकार का फर्ज भी बनता है कि जिहड़े आम लोग है उन्हां दीआं सेहत सहूलतों का खास करके ख्याल रख्या जाए। पर बड़े दुख की गल है कि कैप्टन साहब की कांग्रेस सरकार जिथे पहला लोगों का खून चूस रही है लोगों का खून पी रही है और हुण एक तुगलकी फरमान जिहड़ा है वह कैप्टन साहब की सरकार ने जिहड़ा जारी किया है जिहदे विच उन्होंने कहा है कि असी जिहड़ा खून है जिहड़ा प्लाज्मा है जिहड़ा कि जिहड़ा कोरोना बीमारी तो पीड़ित बंदा है उन्हूं 20,000 रुपए का वह जिहड़ा है वह जिहड़ा खून चढ़ाएगी। मैं समझदा इस तो मदभागी गल अज तक पंजाब के इतिहास में नहीं होनी कि सरकारां ने खून बेचा होवे, इह सरकारां पहलां खून पींदियां ने फिर हुण खून बेच रहियां ने। आम आदमी पार्टी पूरे 117 विधानसभा हलकियां दे विच कल नूं इस दा रोस प्रदर्शन भी करेगी और पंजाब दे उन्हां लोकां नूं मेरी अपील है कि जिहड़े मानवता दे भले की गल करदे आ जो लोकां दे हितां की गल करदे आ उन्हां लोकां नूं अपील है कि तुसीं अपने किसी भी माध्यम दे राहीं मीडिया दे रस्ते सोशल मीडिया दे रस्ते जिहड़ी अपने सरकार दे इस फरमान दे खिलाफ आवाज जरूर बुलंद करो ता जो ये गूंगी बोली सरकार ये जिहड़ी अन्नी सरकार है इहनू पता लग सके कि जिहड़े लोग है वह जाग रहे ने, तुसी पहला खून पी रहे हो ते हुण खून बेच रहे हो, इस तो जिहड़ी मंदभागी गल है वह होर हो नहीं सकती। आम आदमी पार्टी ने ऐलान किया कि सरकार दे तुगलकी फरमान दे खिलाफ पूरे पंजाब भर दे विच प्रदर्शन किया जाएगा ते सरकार नूं लोकां दी लुट करन तों रोकिया जाएगा। पंजाब दे विच प्लाज्मा दा मुद्दा आने वाले दिनों दे विच होर भी ज्यादा गर्मा सकता है ते विरोधियों दे निशाने ते मुख्यमंत्री कैप्टन अमरिंदर सिंह होर भी तेज हो सकते ने। चंडीगढ़ तों दर्शन सिंह खोखर दी रिपोर्ट ग्लोबल पंजाब टीवी। हुण तुसी देख सकते हो ग्लोबल पंजाब टीवी नूं डाउनलोड करो साडी ऐप एंड्रॉइड जां iOS ते फ्री विच रोकू अते Amazon Fire TV ते जां Apple TV ते नाल ही देख सकते हो लाइव स्ट्रीमिंग www.globalpunjabtv.com ते।